ਸਤਿ ਸ਼੍ਰੀ ਅਕਾਲ ਜੀ, ਮੈਂ ਤੁਹਾਡਾ ਆਪਣਾ ਹਰਿੰਦਰ। ਸੋ ਮਿੱਤਰ ਪਿਆਰਿਓ, ਤੁਹਾਨੂੰ ਸਾਰਿਆਂ ਨੂੰ ਪਤਾ ਆ ਕਿ ਪੂਰਾ ਸੰਸਾਰ ਕਰੋਨਾ ਵਾਇਰਸ ਲਾਇਲਾਜ ਬਿਮਾਰੀ ਨਾਲ ਜੂਝ ਰਿਹਾ, ਲੜ ਰਿਹਾ, ਧੜਾ ਧੜ ਮੌਤਾਂ ਹੋ ਰਹੀਆਂ। ਸੋ ਮੇਰੀ ਬੇਨਤੀ ਆ ਤੁਹਾਨੂੰ, ਤੁਸੀਂ ਆਪਣੇ ਪਰਿਵਾਰ ਦੇ ਨਾਲ ਘਰ ਬਹਿ ਜਾਓ ਵੀਰਿਓ, ਔਰ ਜਿਹੜਾ ਸਰਕਾਰ ਦਾ ਹੁਕਮ ਆ ਉਹਨੂੰ ਮੰਨੋ। ਸਾਡੇ ਪ੍ਰਧਾਨ ਮੰਤਰੀ ਨੇ ਜੋ ਕਿਹਾ, 21 ਦਿਨਾਂ ਦਾ ਉਹਨੇ ਲੋਕਡਾਊਨ ਕੀਤਾ, ਉਹ ਘਰ ਬੈਠ ਕੇ ਆਪਣੇ ਬੱਚਿਆਂ ਨਾਲ ਟਾਈਮ ਸਪੈਂਡ ਕਰੋ, ਜੋ ਹੈਗਾ ਘਰ 'ਚ ਉਹੀ ਮਾੜਾ ਮੋਟਾ ਖਾ ਕੇ ਆਪਣਾ ਗੁਜ਼ਾਰਾ ਕਰੋ। ਔਰ ਇੱਕ ਮੇਰੀ ਹੋਰ ਬੇਨਤੀ ਆ ਸਾਰਿਆਂ ਨੂੰ ਕਿ ਪੁਲਿਸ ਪ੍ਰਸ਼ਾਸਨ ਦਾ ਸਾਥ ਦਿਓ, ਉਹਨਾਂ ਨੂੰ ਲਾਠੀ ਚਾਰਜ ਕਰਨ 'ਤੇ ਮਜਬੂਰ ਨਾ ਕਰੋ। ਪਰ ਜੇ ਕੋਈ ਫੇਰ ਵੀ ਉਹਨਾਂ ਦਾ ਕਹਿਣਾ ਨਹੀਂ ਮੰਨ ਰਿਹਾ ਤਾਂ ਮੈਂ ਕਹਿੰਦਾ ਸਖ਼ਤ ਤੋਂ ਸਖ਼ਤ ਉਹਨੂੰ ਸਜ਼ਾ ਦੇਣੀ ਚਾਹੀਦੀ ਹੈ। ਉਹ ਯਾਰ ਤੁਸੀਂ ਕਿਉਂ ਨਹੀਂ ਸਮਝਦੇ, ਉਹ ਕਿਉਂ ਤੁਸੀਂ ਅੰਬ ਲੈਣ ਜਾਂਦੇ ਯਾਰ ਬਾਹਰ, ਤੁਹਾਨੂੰ ਪਤਾ ਨਹੀਂ ਲੱਗਦਾ, ਉਹ ਯਾਰ ਕਰਫਿਊ ਦਾ ਤੁਹਾਨੂੰ ਮਤਲਬ ਨਹੀਂ ਪਤਾ ਲੱਗਦਾ। ਉਹ ਭਰਾਵਾ, ਪਰਿਵਾਰਾਂ ਦੇ ਪ੍ਰਭਾਵ ਤੁਹਾਨੂੰ ਲੱਭਣੇ ਨਹੀਂ। ਉਹ ਜਿਹੜੇ ਤਕੜੇ ਤਕੜੇ ਦੇਸ਼ ਆ ਉਹਨਾਂ ਨੇ ਹੱਥ ਖੜੇ ਕਰਾਤੇ ਆ ਕਰੋਨਾ ਨੇ, ਉਹ ਕੁਝ ਨਹੀਂ ਕਰ ਰਿਹਾ। ਇਟਲੀ 'ਚ 7,000 ਤੋਂ ਉੱਤੇ ਮੌਤਾਂ ਹੋ ਗਈਆਂ, ਔਰ ਉਹ ਸਿਹਤ ਵਿੱਚ ਦੂਜੇ ਨੰਬਰ 'ਤੇ ਦੇਸ਼ ਆਉਂਦਾ। ਅਤੇ ਤੁਹਾਨੂੰ ਆਪਣੀਆਂ ਸਰਕਾਰਾਂ ਦਾ ਪਤਾ ਆ, ਆਪਣੀ ਕੰਟਰੀ ਦਾ ਪਤਾ ਆ, ਆਪਣੀ ਤਾਂ ਵੱਧ ਹੀ ਬਹੁਤ ਆ ਜੇ ਫੈਲ ਗਿਆ ਨਾ, ਅਤੇ ਸੂਤ ਨਹੀਂ ਆਉਣਾ। ਅਤੇ ਇੱਕ ਉਹ ਜਿਹੜਾ ਆਹ ਨਵਾਂ ਸ਼ਹਿਰ ਕੋਲ ਬੰਦਾ ਮਰਿਆ, ਉਹਨੇ ਸਾਡੇ ਪੰਜਾਬ ਦਾ ਬੇੜਾ ਹੀ ਗਰਕ ਕਰਤਾ, ਉਹ ਆਪ ਤਾਂ ਮਰਿਆ ਹੀ ਮਰਿਆ, ਉਹ ਆਪਣੇ ਕਿੰਨੇ ਪਰਿਵਾਰਾਂ ਨੂੰ ਜਾਂਦਾ ਜਾਂਦਾ ਕਰੋਨਾ ਵਾਇਰਸ ਦੀ ਬਿਮਾਰੀ ਦੇ ਗਿਆ। ਔਰ ਤੁਹਾਨੂੰ ਹੋਰ ਦੱਸਦਾ, ਉਹ ਆਪਣੇ 4 ਸਾਲ ਦੇ ਪੋਤੇ ਨੂੰ ਵੀ ਇਹ ਬਿਮਾਰੀ ਲਾ ਗਿਆ, ਆਪ ਤਾਂ ਉਹਨੇ ਮਰਨਾ ਹੀ ਸੀ, ਉਹ ਹੱਲੇ ਹੋਲੇ ਮਹੱਲੇ ਵਿੱਚ ਵੀ ਤੁਰਦਾ ਫਿਰਦਾ ਰਿਹਾ, ਪਤਾ ਨਹੀਂ ਕਿੰਨਿਆਂ ਕਿ ਨਾਲੋਂ ਇਹ ਮਿਲਿਆ। ਔਰ ਮੇਰੀ ਬੇਨਤੀ ਆ, ਜਿਹਨੂੰ ਕੋਈ ਭਰਾਵਾ ਕੋਈ ਇੱਦਾਂ ਦੇ ਲੱਛਣ ਲੱਗਦੇ ਆ, ਉਹ ਪਲੀਜ਼ ਜਾ ਕੇ ਐਡਮਿਟ ਹੋ ਜਾਓ। ਅਤੇ ਜਿਹੜਾ ਵੀ ਕੋਈ NRI ਭਰਾ ਆਉਂਦਾ ਤਾਂ ਉਹ ਪਲੀਜ਼ ਉਹ ਡਾਕਟਰ ਕੋਲ ਜਾ ਕੇ ਆਪਣਾ ਚੈੱਕਅਪ ਕਰਾਓ, ਔਰ ਨਹੀਂ ਠੀਕ ਆ, ਇਹ ਠੀਕ ਵੀ ਹੋ ਜਾਣਗੇ। ਤੁਸੀਂ ਪ੍ਰਿਕੋਸ਼ਨ ਕਰੋ, ਆਪਣੇ ਘਰ ਦੇ ਅੰਦਰ ਕੈਦ ਹੋ ਜਾਓ, ਭੁੱਲ ਜਾਓ ਕੰਮਾਂ ਨੂੰ। ਭਰਾਵਾ ਜੇ ਆਪਣੇ ਪਰਿਵਾਰ ਚਾਹੁੰਦੇ ਆ, ਸਰਕਾਰ ਦਾ ਹੁਕਮ ਮੰਨੋ, ਜਦੋਂ ਤੁਹਾਨੂੰ ਸਰਕਾਰ ਨੇ ਕਹਿ ਤਾ ਉਦੋਂ ਬਾਹਰ ਆ ਜਾਇਓ, ਉਦੋਂ ਅਵਾਰਾ ਗਰਦੀਆਂ ਕਰ ਲਈਓ। ਜਿਨ੍ਹਾਂ ਨੂੰ ਕੋਈ ਵੀ ਨਹੀਂ ਕੰਮ, ਮੋਟਰਸਾਈਕਲ 'ਤੇ ਤੁਰਦੇ ਫਿਰਦੇ ਆ, ਸੋ ਉਹਨਾਂ ਨੂੰ ਮੇਰੀ ਬੇਨਤੀ ਆ ਘਰ ਬਹਿ ਜਾਓ ਆਪਣੇ ਬੱਚਿਆਂ ਨਾਲ। ਉਹ ਭਰਾਵਾ ਮੌਤਾਂ 'ਤੇ ਮੌਤਾਂ ਹੋ ਰਹੀਆਂ, ਮੈਂ ਵੀਡੀਓ ਦੇਖਦਾ ਮੈਨੂੰ ਬਹੁਤ ਤਰਸ ਆਉਂਦਾ। ਅਤੇ ਆ ਜਿਹੜੀਆਂ ਥਾਲੀਆਂ ਘੜਿਆਲ ਸੰਖ ਵਜਾਉਣੇ ਬੰਦ ਕਰ ਦਿਓ, ਕਿਹੜਾ ਤੁਸੀਂ ਜਗਰਾਤਾ ਕਰਨ ਡਏ ਆ, ਕਿਹੜੀ ਖੁਸ਼ੀ 'ਚ ਬੰਦੇ ਮਰ ਰਹੇ ਆ। ਉਹ ਡਾਕਟਰਾਂ ਨੂੰ ਸਲਾਮ ਕਰੋ, ਉਹਨਾਂ ਲਈ ਦੁਆ ਕਰੋ, ਅਤੇ ਜਿਹੜੇ ਮਰ ਗਏ ਉਹਨਾਂ ਲਈ ਮੌਨ ਕਮ ਸੇ ਕਮ 2 ਮਿੰਟ ਦਾ ਧਾਰ ਲਓ। ਸੋ ਬੇਨਤੀ ਆ ਭਰਾਵਾ, ਆਪਣੇ ਘਰਾਂ 'ਚ ਬਹਿ ਜਾਓ, ਬਸ ਮੇਰੀ ਹੱਥ ਜੋੜ ਕੇ ਬੇਨਤੀ, ਉਹ ਆਪਣੇ ਪਰਿਵਾਰ ਨੂੰ ਬਚਾ ਲਓ, ਬਸ ਕਿਤੇ ਜਾਣ ਦੀ ਲੋੜ ਨਹੀਂ। ਮੈਂ ਤੁਹਾਨੂੰ ਇਹ ਨਹੀਂ ਕਹਿ ਰਿਹਾ ਬੰਬ ਚੱਕ ਲਓ, ਕੋਈ ਜੰਗ ਲੱਗ ਗਈ ਆ, ਕੋਈ ਉਹ ਲੱਗ ਗਈ ਆ, ਸਿਰਫ ਆਪਣੇ ਘਰ 'ਚ ਬਹਿ ਜਾਓ ਭਰਾਵੋ, ਮੈਂ ਤਾਂ ਨਹੀਂ ਕਰਦਾ, ਬਸ ਆਪਣੇ ਘਰ 'ਚ ਬਹਿ ਜਾਓ।